ਜਗਰਾਉਂ ਨਹਿਰ ਕਿਨਾਰੇ ਬਣੇ ਠਾਠ ਚਰਨਕਾਰ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਉੱਤੇ ਦਰਜ ਹੋਏ ਬਲਾਤਕਾਰ ਦਾ ਮਾਮਲਾ ਦਿਨੋਂ ਦਿਨ ਗਰਮਾਉਂਦਾ ਜਾ ਰਿਹਾ ਹੈ ਅਤੇ ਦੋਸ਼ੀ ਬਾਬੇ ਦਾ ਇੱਕ ਹੋਰ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਦੇ ਸੰਬੰਧ ਵਿੱਚ ਅੱਜ ਇੱਕ ਵੱਡਾ ਇਕੱਠ ਜਗਰਾਉਂ ਵਿਖੇ ਕੀਤਾ ਗਿਆ, ਜਿਸ ਵਿੱਚ ਚਰਨਘਾਟ ਵਾਲੇ ਬਲਾਤਕਾਰੀ ਬਾਬੇ ਖਿਲਾਫ਼ ਸਿੱਖ ਜਥੇਬੰਦੀਆਂ ਨੇ ਰੱਜ ਕੇ ਭੜਾਸ ਕੱਢੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਗਰਾਉਂ ਦੀ ਰਹਿਣ ਵਾਲੀ 33 ਸਾਲਾ ਔਰਤ ਨੇ ਦੋਸ਼ੀ ਬਾਬੇ ਅਤੇ ਉਸ ਨਾਲ ਕਈ ਵਾਰ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਬਾਬੇ ਖਿਲਾਫ਼ ਥਾਣਾ ਸਿਟੀ ਵਿੱਚ ਮਾਮਲਾ ਦਰਜ ਕਰ ਲਿਆ ਸੀ। ਕਿੰਨਾ ਕੁਛ ਉਹਨਾਂ ਨੇ ਪਤਾ ਨੀ ਕੀ ਕੁਛ ਗਲਤ ਕੀਤਾ ਹੋਰ ਧਰਮ ਵਾਲੀ ਜਗ੍ਹਾ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਲਿਖਤੀ ਦਰਖਾਸਤ ਸਤਿਕਾਰ ਕਮੇਟੀ ਵੱਲੋਂ ਦੇ ਚੁੱਕੇ ਆ ਐਸਐਸਪੀ ਸਾਹਿਬ ਦੇ ਜੋ ਬੀਬੀਆਂ ਦੇ ਬਰਾਬਰ ਪਰਚਾ ਦਰਜ ਕਰਾਉਣਾ ਸੀ, ਰੰਗ ਰਲੀਆਂ ਬਣਾਉਣ ਦਾ, ਗੁਰੂ ਘਰ ਨੂੰ ਐਸ਼ੀ ਦਾ ਅੱਡਾ ਬਣਾਉਣ ਦੇ ਸੰਬੰਧੀ ਜਿਹੜੀ ਬੀਬੀ ਦੇ ਬਿਆਨ ਦੇ ਉੱਤੇ ਆਧਾਰਿਤ ਪਰਚਾ ਹੋਇਆ ਉਹਦੇ ਸਾਡੇ ਕੋਲ ਪ੍ਰੂਫ ਨੇ ਕਿ ਬੀਬੀ ਸਹਿਮਤ ਸੀ ਡੇਰਿਆਂ ਜਾਂਦੀ ਸੀ, ਅਸੀਂ ਆਪਣੇ ਐਵੀਡੈਂਸ ਦੇਵਾਂਗੇ, ਅਸੀਂ ਬੀਬੀਆਂ ਤੇ ਸਾਥ ਇੱਕ ਪਰਚਾ ਬੇਅਦਬੀ ਦਾ ਹੋਰ ਕਰਾਵਾਂਗੇ, ਨਹੀਂ ਪ੍ਰਸ਼ਾਸਨ ਕਰੂਗਾ, ਅਸੀਂ ਵੱਡਾ ਘਰਾਓ ਰੱਖਾਂਗੇ, ਅਸੀਂ ਐਸ ਐਸ ਪੀ ਦਫ਼ਤਰ ਦਾ ਘਰਾਓ ਕਰਾਂਗੇ।